Ah.
ਸਾਧ ਸੰਗਤ ਜੀ ਕਰਦੇ ਹਾਂ ਵਿਅਰਥ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਕਿਉਂਕਿ ਰਾਗਦਾਰੀ ਦੇ ਵਿੱਚ ਅਸੀਂ ਅਜੇ ਮੇਰੇ ਕੋਲ ਅਣਜਾਣ ਬੱਚੇ ਹਾਂ ਤੋ ਕੋਸ਼ਿਸ਼ ਕਰ ਰਹੇ ਹਾਂ ਦਿਨ ਪ੍ਰਤੀ ਦਿਨ ਕਿ ਆਪ ਨੂੰ ਸ਼ੁੱਧ ਤੋਂ ਸ਼ੁੱਧ ਰਾਗ ਸੁਣਾ ਸਕੀਏ ਤੋ ਜੋ ਕੋਸ਼ਿਸ਼ ਹੈ ਜੋ ਗਲਤੀਆਂ ਭੁੱਲਾਂ ਨੇ ਆਪ ਜੀ ਖਿਮਾ ਕਰ ਦੇਣੀਆਂ ਕਿਉਂਕਿ ਵਿਦਵਾਨ ਕੀਰਤਨੀ ਹੈ ਬਾਅਦ ਜੋ ਡਾਕਟਰ ਗੁਰਨਾਮ ਸਿੰਘ ਜੀ ਉਹ ਸੰਗਤ 'ਚ ਮੌਜੂਦ ਹਨ ਬੈਠੇ ਹਨ ਉਪਸਥਿਤ ਹਨ ਤੋ ਉਹ ਰਾਗ ਦੇ ਬੜੇ ਮਾਰਤਨ ਬੜੇ ਵਿਦਵਾਨ ਗਵਈਏ ਹਨ ਗੁਰਬਾਣੀ ਕੀਰਤਨ ਜੋ ਟਕਸਾਲੀ ਕੀਰਤਨ ਹੈ ਉਹ ਉਹਨਾਂ ਨੇ ਬੜਾ ਵੰਡਿਆ ਹੈ ਅਤੇ ਬੜੀ ਸੇਵਾ ਕੀਤੀ ਸਤਿਗੁਰੂ ਬਹੁਤ ਕਿਰਪਾ ਕਰੋ ਤੋ ਸਾਡੀਆਂ ਗਲਤੀਆਂ ਭੁੱਲਾਂ ਮਾਫ਼ ਕਰਨੀਆਂ ਅਗਲੀਆਂ ਸੇਵਾਵਾਂ ਵਾਸਤੇ ਅਸੀਂ ਹਾਜ਼ਰ ਹਾਂ ਤੋ ਫਤਿਹ ਦਾ ਜਵਾਬ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ